ਤੇ ਸਮਾਨ ਜਿਹੜਾ ਹੈ ਕਈਆਂ ਨੇ ਨੱਪ ਗਏ ਦੌਲਤ ਛੱਲੇ ਕਈਆਂ ਨੂੰ ਬੜੀ ਲੱਭੀ ਹੈ ਉਹ ਜਿਹੜੇ ਬਾਹਰ ਆਏ ਨਾ ਬਾਹਰ ਦੇ ਮਹਾਜਰ ਲੋਕ ਉਹਨਾਂ ਸੱਲਿਓ ਫੋਲਿਆ ਕਈ ਪੈਸੇ ਨਿਕਲੇ ਉਹਨੇ ਆਖਿਆ ਕਿਸਮਤ ਚ ਹੋਏ ਤੇ ਲੱਭ ਜਾਣ ਦੇ ਅੱਛਾ ਉਹ ਛਾਡੇ ਇਸ ਮਾਰਿਆ ਗਏ ਪਤਾ ਨਹੀਂ ਰਾਹ 'ਚ ਅਸੀਂ ਮਰ ਜਾਣਾ ਕਿਤੇ ਸਹੀ ਸ਼ਹੀਦ ਕੀਤਾ ਸੀ ਫਿਰ ਉਹਨੇ ਆਖਿਆ ਸੀ ਮੇਰੇ ਹੱਥ ਦਾ ਉਂਗਲੀ ਦਾ ਚੀਜ਼ੀ ਦਾ ਖੂਨ ਲੈ ਲਓ ਉਹ ਕਿਉਂ ਗਿਆ ਸੀ ਲੈ ਲਓ ਉਹਨੇ ਆਖਿਆ ਸੀ ਕਿਹੜਾ ਤੁਸੀਂ ਜੋ ਆਉਂਦੇ ਹੋ ਖੂਨ ਇਹਦਾ ਮੁਸਲਮਾਨ ਦਾ ਖੂਨ ਹੋਵੇਗਾ ਕਹਿ ਬਗਵਾ ਦਾ ਤਾਂ ਇਹ ਕਿਲਾ ਖਲੋਣਾ ਅੱਛਾ ਉਹ ਕਿਲਾ ਕਿਹਦਾ ਸੀਗਾ ਰਾਜੇ ਰਸਾਲੂ ਦਾ ਅੱਛਾ ਉਹ ਹਿੰਦੂ ਸੀ ਯਾਨੀ ਕਿ ਹਿੰਦੂ ਲੋਕ ਅੱਛਾ ਬੁੱਧ ਬਾਜੀ ਦੇ ਲੋਕ ਸਨ ਹਾਂ ਅੱਛਾ ਉਹਨਾਂ ਦਾ ਕੀਦਾ ਸੀ ਕਿ ਕਿਸੇ ਉਹਨਾਂ ਨੇ ਜੋ ਮੈਨੇ ਦੱਸਿਆ ਸੀ ਨਾ ਹਾਂ ਹਾਂ ਇਹ ਸੇ ਮੁਸਲਮਾਨ ਦਾ ਸਿਰ ਹੋਏਗਾ ਕਟਿਆ ਲਓ ਫਿਰ ਸੱਜਣੋ ਮਿੱਤਰੋ ਬੇਲੀਓ ਵੀਰੋ ਅਤੇ ਭਰਾਵੋ ਅੱਜ ਅਸੀਂ ਆਏ ਬੈਠੇ ਹਾਂ ਪੰਜਾਬ ਦੇ ਇੱਕ ਪਿੰਡ ਵਿੱਚ ਜਿਹਦਾ ਨਾਂ ਹੈਗਾ ਵਾ ਘਣੀਆਂ ਮੁਸਲਮ 366 ਜੀਮਵੇ ਇੱਥੇ ਸਾਡੇ ਨਾਲ ਬਜ਼ੁਰਗ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਸੰਨ 1947 ਦਾ ਵੇਲਾ ਆਪਣੀ ਅੱਖਾਂ ਦੇ ਨਾਲ ਵੇਖਿਆ ਅਤੇ ਆਪਣੇ ਜੁੱਸੇ ਅਤੇ ਆਪਣੀ ਰੂਹ ਉੱਤੇ ਉਹ ਵੇਲਾ ਹੰਢਾਇਆ ਚਲੋ ਅਸੀਂ ਫਿਰ ਬਜ਼ੁਰਗਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਆਪਣਾ ਨਾਂ ਦੱਸਿਓ ਬਾਬੇ ਅਸਮਤੁੱਲਾ ਅਤੇ ਤੁਹਾਡੇ ਬਾਪੂ ਦਾ ਨਾਂ ਕੀ ਸੀ ਫਕੀਰ ਮੁਹੰਮਦ ਅਤੇ ਤੁਹਾਡੇ ਦਾਦਾ ਜੀ ਦਾ ਨਾਂ ਅੱਲਾ ਦਿੱਤਾ ਅਤੇ ਆਪਣੀ ਬਰਾਦਰੀ ਕਿਹੜੀ ਹੈ ਰਾਈ ਬਰਾਦਰੀ ਅੱਛਾ ਅਤੇ ਜਦੋਂ ਵੰਡ ਪਈ ਆ ਉਦੋਂ ਤੁਸੀਂ ਕਿਹੜੇ ਪਿੰਡ 'ਚ ਰਹਿੰਦੇ ਸੀ ਉਦੋਂ ਸਿਆਲਕੋਟ ਨਵਾਂ ਪਿੰਡ ਰਾਈਆਂ ਦਾ ਅੱਛਾ ਨਵਾਂ ਉਹ ਆਪਣੇ ਅਕਰਾਬਾਦ ਦੇ ਲਾਗੇ ਅੱਛਾ ਉਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਨੇ ਅਕਰਾਬਾਦ ਜਬੁਰਜੀ ਖਿਰਿੰਡ ਫਿਰ ਕੋਲਾ ਫਿਰ ਪਿੰਡ ਹਮਜਾਗਾ ਉਸ ਅੱਛਾ ਅਤੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ 5-6 ਸਾਲ ਸੀ ਅੱਛਾ ਅਤੇ ਉਹ ਆਪਣੇ ਪਿੰਡ ਵਿੱਚ ਸਾਰੇ ਮੁਸਲਮਾਨ ਰਹਿੰਦੇ ਸੀ ਜਾਂ ਸਿੱਖ ਹਿੰਦੂ ਵੀ ਰਹਿੰਦੇ ਹੁੰਦੇ ਸੀ ਮੁਸਲਮਾਨ ਹੀ ਸੀ ਸਾਰੇ ਅੱਛਾ ਰਾਈ ਬਰਾਦਰੀ ਬਹੁਤੀ ਸੀ ਅੱਛਾ ਬਹੁਤੀ ਰਾਈ ਬਰਾਦਰੀ ਸੀ ਅਤੇ ਹੋਰ ਕਿਹੜੀ ਘਰ ਫਕੀਰਾਂ ਦੇ ਹਨ ਅੱਛਾ ਕੋਈ ਸ਼ਾਵਾਂ ਦੇ ਘਰ ਸਨ ਅੱਛਾ ਸਾਡੇ ਪਿੱਛੇ ਆ ਅਤੇ ਹੋਰ ਕਿਹੜੀ ਕਿਹੜੀ ਬਰਾਦਰੀਆਂ ਦੇ ਲੋਕ ਸਨ ਜੱਟਾਂ ਦੇ ਵੀ ਹੈ ਸਨ ਨਹੀਂ ਜੱਟ ਹੀ ਘੱਟ ਹੀ ਸੀ ਕੋਈ ਅੱਛਾ ਜੱਟਾਂ ਦੇ ਘਰ ਕੋਈ ਨਹੀਂ ਸੀ ਠੀਕ ਅਤੇ ਉਸ ਵੇਲੇ ਤੁਸੀਂ ਪੜ੍ਹਦੇ ਹੁੰਦੇ ਸੀ ਪੜ੍ਹਨ ਕਿਤੇ ਅਸੀਂ ਪੜ੍ਹਨ ਮਸੀਤੇ ਹੀ ਜਾਂਦੇ ਹੁੰਦੇ ਸਾਂ ਅੱਛਾ ਮਸੀਤੇ ਕਢਾ ਦੇਣਾ ਅੱਛਾ ਸਕੂਲ ਨਹੀਂ ਸੀ ਜਾਂਦੇ ਪੜ੍ਹਨ ਨਹੀਂ ਅੱਛਾ ਅਤੇ ਆਪਣੇ ਜਿਹੜੇ ਬੱਚੇ ਬੁੱਚੇ ਤੁਹਾਡੇ ਨਾਲ ਖੇਡਦੇ ਹੁੰਦੇ ਸੀ ਉਹਨਾਂ ਦੇ ਕੋਈ ਨਾਂ ਨੂੰ ਯਾਦ ਤੁਹਾਨੂੰ ਨਾਂ ਕੀ ਭੁੱਲ ਗਏ ਨੇ ਕੋਈ ਨੇਮਾ ਸੀ ਇੱਕ ਨਾ ਹਲੀਮ ਸੀ ਇੱਕ ਨਾ ਅੱਛਾ ਇੱਕ ਨਾ ਸਿੱਖ ਸੀ ਜਮਾਲ ਜੀ ਕਮਾਲ ਸੀ ਅੱਛਾ ਹਾਂ ਅੱਛਾ ਜਿਹੜੇ ਤੁਸੀਂ ਦੱਸਦੇ ਸੀ ਉਹ ਸਿੱਖਾਂ ਦੇ ਸੀ ਹੈ ਸਿੱਖਾਂ ਦੇ ਅਤੇ ਹਿੰਦੂਆਂ ਦੇ ਮੁੰਡੇ ਵੀ ਤੁਹਾਡੇ ਨਾਲ ਖੇਡਦੇ ਹੁੰਦੇ ਸੀ ਉਹਨਾਂ 'ਚੋਂ ਕਿਸੇ ਜਿਹੜਾ ਆਉਂਦੇ ਹੁੰਦੇ ਹਾਂ ਪਿੰਡ ਦੂਸਰੇ 'ਚੋਂ ਅੱਛਾ ਉਹ ਦੂਜੇ ਪਿੰਡ 'ਚੋਂ ਆਉਂਦੇ ਹੁੰਦੇ ਸੀ ਉਹ ਕਿਹੜੇ ਪਿੰਡ 'ਚੋਂ ਆਉਂਦੇ ਸਨ ਉਹ ਜਿਹੜੇ ਹਮਜਾ ਰਾਮਗੜਿਓਂ ਅੱਛਾ ਰਾਮਗੜ੍ਹ 'ਚੋਂ ਆਉਂਦੇ ਹੁੰਦੇ ਸੀ ਹਾਂ ਅੱਛਾ ਅਤੇ ਜਦੋਂ ਥੋੜ੍ਹਾ ਮੌਕਾ ਹੀ ਹੋਇਆ ਸੀ ਮਗਰੋਂ ਫਿਰ ਵੰਡ ਪੈ ਗਈ ਫਿਰ ਆਪੋ 'ਚ ਲੜਾਈ ਸ਼ੁਰੂ ਹੋ ਗਈ ਇਹਨਾਂ ਦੀ ਅੱਛਾ ਫਿਰ ਨਾ ਅਸੀਂ ਜਾਂਦੇ ਹਾਂ ਨਾ ਉਹ ਹੀ ਆਉਂਦੇ ਸਨ ਅੱਛਾ ਅੱਛਾ ਅਤੇ ਪਹਿਲਾਂ ਉਹਦਾ ਵੰਡ ਪੈਣ ਤੋਂ ਪਹਿਲਾਂ ਉਹਨਾਂ ਨਾਲ ਤਲਕਾਤ ਕਿੱਦਾਂ ਦੇ ਹੁੰਦੇ ਸਨ ਪਹਿਲਾਂ ਤਲਕਾਤ ਬਹੁਤ ਸੱਚੇ ਸਨ ਅੱਛਾ ਕੋਈ ਮਾਰਦਾ ਨਹੀਂ ਕੋਈ ਇਹਦੀ ਚੋਰੀ ਕੋਈ ਨਹੀਂ ਸੀ ਸਾਡੇ ਵੱਲ ਉੱਧਰ ਹੈਂ ਅਤੇ ਆਪਸ ਮਿਲਣ ਵਰਤਨ ਹੁੰਦਾ ਸੀ ਉਹਨਾਂ ਨਾਲ ਬੜਾ ਬੜਾ ਇੱਕ ਦੂਜੇ ਮਜ਼ਾਰ ਲੈ ਲਓ ਜਿੰਨਾ ਮਰਜ਼ੀ ਮੱਝਾਂ ਇੱਕ ਡੁੱਡੀ ਕੋਲ ਲੈ ਉਹ ਦਿੰਦੇ ਸਨ ਅੱਛਾ ਹਾਂ ਆਪਣੇ ਪਿੰਡ 'ਚ ਨੰਬਰਦਾਰੀਆਂ ਕਿੰਨੀਆਂ ਸਨ ਨੰਬਰਦਾਰੀਆਂ ਕਿੰਨੀਆਂ ਸਨ ਜੋ ਨੰਬਰਦਾਰ ਹੁੰਦੇ ਸਨ ਅੱਛਾ ਉਹਨਾਂ ਦਾ ਕੋਈ ਨਾਂ ਯਾਦ ਜੇ ਨੰਬਰਦਾਰਾਂ ਦਾ ਮੈਨੂੰ ਨਹੀਂ ਯਾਦ ਅੱਛਾ ਤੇ ਉਹ ਤੁਹਾਡੇ ਪਿੰਡ 'ਚ ਖੂਹ ਹੁੰਦੇ ਸੀ ਅੱਛਾ ਉਹ ਤੁਹਾਡੇ ਪਿੰਡ 'ਚ ਕੋਈ ਖੂਹ ਹੁੰਦਾ ਸੀ ਟਿੰਡਾਂ ਵਾਲੇ ਖੂਹ ਹੁੰਦੇ ਸਨ ਅੱਛਾ ਬਾਕੀ ਖੂਹੀਆਂ ਹੁੰਦੀਆਂ ਪਾਣੀ ਕੱਢਦੀਆਂ ਹੁੰਦੀਆਂ ਪੋਕਿਆਂ ਨਾਲ ਅਤੇ ਡਿੰਡਾਂ ਵਾਲੇ ਖੂਹ ਹੁੰਦੇ ਹਨ ਵਗਦੇ ਹੁੰਦੇ ਪਾਣੀ ਘੱਟ
ਫਸਲਾਂ ਲਾਉਂਦੇ ਹੁੰਦੇ ਸਨ। ਅੱਛਾ, ਉਹ ਖੂਹ ਦੇ ਉੱਤੋਂ ਪਾਣੀ ਭਰ ਕੇ ਫਸਲਾਂ ਫੁਸਲਾਂ ਲਾਉਂਦੇ ਹੁੰਦੇ ਸਨ? ਉਹ ਖੂਹ ਟਿੰਡਾਂ ਵਾਲੇ ਹੁੰਦੇ ਹਨ, ਟਿੰਡਾਂ ਜਿਹੜੀਆਂ ਨਾਲ ਹੁੰਦੀਆਂ ਤੇ ਉਹਨਾਂ ਦੀ ਮਾਲ ਹੁੰਦੀ, ਉਹ ਜੁੱਤੇ ਹੁੰਦੇ ਹਨ ਨਾ, ਬੋਲਦ ਜੁੱਤੇ ਹੁੰਦੇ ਸਨ, ਤੇ ਉਹ ਪਾਣੀ ਟਿੰਡਾਂ ਭਰ ਭਰ ਕੇ ਸਾਹ ਨੂੰ ਲਿਆਉਂਦੀਆਂ, ਥੱਲੇ ਵਿੱਚ ਐਡਾ ਲੱਗਾ ਹੁੰਦਾ ਸੀ ਸਿਆਲ ਜਿਹਾ, ਉਹਦੇ ਵਿੱਚ ਪਾਣੀ ਡੁੱਲਦਾ ਜਾਂਦਾ, ਜੂੰ ਜੂੰ ਨਹੀਂ ਹੁੰਦੀ, ਮਗਰੋਂ ਪਾਣੀ ਥੱਲਿਓਂ ਆ ਹੀ ਜਾਂਦਾ। ਉਹ ਫਿਰ ਖਾਲੇ ਦੇ ਜ਼ਰੀਏ ਫਿਰ ਜਾਂਦਾ ਹੋਣਾ, ਉਹ ਖਾਲੇ ਖਾਲੀ ਭਰ ਕੇ ਜਾਂਦੀ ਸੀ ਜਿਹੜੀ। ਅੱਛਾ, ਤੇ ਉਦੋਂ ਫਸਲਾਂ ਕਿਹੜੀਆਂ ਬਹੁਤੀਆਂ ਬੀਜਦੇ ਸੀ? ਕਣਕਾਂ, ਕਪਾਹ, ਅੱਛਾ, ਬਾਜਰਾ, ਚਰੀ, ਫਿਰ ਉਸੇ ਫਿਰ ਉਹ ਮੋਂਗਰੇ ਜਾਂ ਮੋਗ ਮੋਠ ਜਿਹੇ ਹੁੰਦੇ ਹਨ। ਅੱਛਾ, ਪਹਿਲਾਂ ਹਰ ਫਸਲ ਉਸੇ ਹੁੰਦੀ, ਚੌਲ ਚਾਵਲ ਬੜੇ ਬੀਜਦੇ ਸਨ ਸਾਰਿਆਂ ਨਾਲ, ਬਹੁਤ ਹੀ ਅਹਿਮ ਫਸਲ ਦੇ ਚੌਲ ਆ, ਚੌਲ ਚਾਵਲ ਬਹੁਤ, ਸਿਆਲਕੋਟ ਦੇ ਚੌਲ ਮਸ਼ਹੂਰ ਨੇ। ਹਾਂ, ਤੇ ਤੁਹਾਡਾ ਜਿਹੜਾ ਪਿੰਡ ਸੀ ਆਪਣਾ, ਤੇ ਤੁਹਾਡਾ ਘਰ ਪਿੰਡ ਦੇ ਵਿੱਚ ਕਿਹੜੀ ਸਾਈਡ ਨੂੰ ਸੀ? ਸਾਡੇ ਪਿੰਡ ਦੇ ਨੂੰ ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ ਸੀ। ਕਿਸ ਤਰ੍ਹਾਂ ਦਾ ਹੁੰਦਾ ਸੀ, ਮਤਲਬ ਕੱਚਾ ਹੁੰਦਾ ਸੀ ਘਰ ਕਿ ਪੱਕਾ ਸੀ? ਪੱਕਾ ਸੀ। ਅੱਛਾ, ਆ ਉਸ ਵੇਲੇ ਅਕਸਰ ਕੱਚੇ ਘਰ ਹੁੰਦੇ ਸੀ? ਹਾਂ ਹਾਂ, ਤੁਹਾਡਾ ਘਰ ਪੱਕਾ ਮਸੀਤ ਦੇ ਘਲਾ ਦਿੰਦੇ ਬਣ। ਅੱਛਾ, ਤੇ ਪਿੰਡ ਦੇ ਹੋਰ ਕੋਈ ਮਸ਼ਹੂਰ ਮਸ਼ਹੂਰ ਸਿਰ ਕੱਢਣੇ ਆ ਲੋਕਾਂ ਦੇ ਨਾਂ ਤੁਹਾਨੂੰ ਯਾਦ ਹੋਣ? ਜਲਾਲ ਹੁੰਦਾ ਸੀ ਇੱਕ। ਅੱਛਾ, ਹੈਂ, ਉਹ ਨਾਂ ਉਹਦੀ ਮਾਂ ਦੇ ਨਾਲ ਮਰੀਮ ਹੁੰਦੀ ਸੀ, ਜਲਾਲ ਮੁਹੰਮਦੀਨ ਜਲਾਲ। ਅੱਛਾ, ਅਤੇ ਇੱਕ ਹੁੰਦਾ ਸੀ ਸ਼ਰੀਫ ਹੁੰਦਾ ਸੀ। ਅੱਛਾ, ਹਾਂ, ਅਤੇ ਆਪਣੇ ਪਿੰਡ 'ਚ ਮਸਜਿਦਾਂ ਕਿੰਨੀਆਂ ਸਨ? ਮਸਜਿਦਾਂ ਦੋ ਸਨ। ਅੱਛਾ, ਇੱਕ ਚੜ੍ਹਦੇ ਪਾਸੇ, ਇੱਕ ਲਹਿੰਦੇ ਪਏ ਸੀ। ਅੱਛਾ, ਅਤੇ ਆਪਣਾ ਸੌਦਾ ਸੂਦਾ ਕਿੱਥੋਂ ਲਿਆਉਂਦੇ ਹੁੰਦੇ ਸੀ? ਪਿੰਡ 'ਚੋਂ ਲੱਭ ਜਾਂਦਾ ਸੀ? ਪਿੰਡ 'ਚੋਂ ਲੱਗ ਜਾਂਦਾ ਜੀ। ਅੱਛਾ, ਪਿੰਡ 'ਚ ਆ ਜਾਂਦਾ ਜੀ। ਅਤੇ ਤੁਹਾਡੇ ਨਾਨਕੇ ਕਿੱਥੇ ਹੁੰਦੇ ਸਨ? ਨਾਨਕੇ ਸਾਡੇ ਇੱਥੇ ਸਨ, ਇੱਥੇ ਘਣੀਏ 'ਚ। ਅੱਛਾ, ਇੱਥੋਂ ਗਿਆ ਸਿਆਲਕੋਟ ਗਿਆ। ਅੱਛਾ, ਅਤੇ ਉਹ ਉੱਥੋਂ ਫਿਰ ਤੁਸੀਂ ਆਉਂਦੇ ਹੁੰਦੇ ਸੀ ਇੱਥੇ ਆਪਣੇ ਨਾਨਕੇ ਮਿਲਣ? ਅੱਛਾ, ਅਤੇ ਇੱਥੇ ਫਿਰ ਤੁਸੀਂ ਕਦੋਂ ਆਏ? ਇੱਥੇ ਜਦੋਂ ਉਜਾੜ ਪੈ ਗਈ ਅਤੇ ਬਾਹਰ ਦਿਨ ਬਾਅਦ 'ਚ ਆਏ ਹਾਂ ਇੱਥੇ। ਅੱਛਾ, ਇੱਥੇ ਵਾਹੀ ਕੀਤੀ ਸੀ, ਇੱਥੇ ਆ ਕੇ ਵਾਹੀ ਕਰ ਲਈ ਨਾਲ ਆਪਣੇ ਨਾਨੇ ਦੇ ਨਾਲ। ਆਹ ਪਹਿਲੋਂ ਜਦ ਆਹ ਮੁਰੱਬਾ ਨਹੀਂ ਸੀ ਹੁੰਦਾ ਪਠਾਣ ਵਾਲਾ, ਇਹ ਪਹਿਲੋਂ ਅਸੀਂ ਵਾਹਿਆ ਹੁੰਦਾ ਸੀ। ਅੱਛਾ, ਅਤੇ ਹਾਂ, ਇੱਕ ਵਾਰ ਜਾਮੂ ਗਿਆ ਸੀ, ਇੱਕ ਵਾਰੀ ਕਬਜ਼ਾ ਲੈਣ ਜੀ ਆਈ ਸੀ, ਮੈਂ ਬਣੀ ਜ਼ਮੀਨ, ਅਤੇ ਅਸੀਂ ਫਿਰ ਉਹ ਸ਼ਾਹ ਡੋਬੇ ਵਾਲੇ ਨੂੰ ਆਖਿਆ, ਉਹਨੇ ਪੁਲਿਸ ਘਲਾਈ ਅਤੇ ਨੱਸ ਗਿਆ। ਅੱਛਾ, ਅਤੇ ਜਦੋਂ ਉਜਾੜੇ ਪਏ ਨੇ ਉਦੋਂ ਫਿਰ ਦੱਸੋ ਤੁਹਾਡੇ ਪਿੰਡ ਦੇ ਵਿੱਚ ਕੀ ਹਾਲਾਤ ਹਲੂਤ ਪੇਸ਼ ਆਏ ਨੇ? ਪੁਲਿਸ ਕੋਈ ਨਹੀਂ, ਇੱਕ ਦੂਜੇ ਜਾਂਦੇ ਨਹੀਂ, ਬਰਛੀਆਂ ਇੱਕ ਦੂਜੇ ਫੜੀਆਂ ਸਨ, ਜੇ ਇਹ ਉੱਧਰ ਦੱਸਾ ਸਾਡੇ ਪਿੰਡ ਦੱਸਾ ਆਇਆ ਕੋਈ ਨਹੀਂ, ਨਾ ਉਹ ਹੀ ਆਏ ਨਾ ਉਹ ਹੀ ਆਏ ਨੇ, ਚੁੱਪ ਕਰਕੇ ਰੇੜੇ ਲੈ ਕੇ ਗੱਡੇ ਲੈ ਕੇ ਨਿਕਲ ਗਏ ਨੇ। ਅੱਛਾ, ਅਤੇ ਸਮਾਨ ਜਿਹੜਾ ਕਈਆਂ ਨੇ ਨੱਪ ਗਏ ਦੌਲਤ ਥੱਲੇ, ਕਈਆਂ ਨੂੰ ਬੜੀ ਲੱਭੀ ਹੈ, ਉਹ ਜਿਹੜੇ ਬਾਹਰ ਆਏ ਨਾ ਬਾਹਰ ਦੇ ਮਹਾਜਰ ਲੋਕ, ਉਹਨਾਂ ਥੱਲੇ ਉਹ ਫੋਲਿਆ ਕਈ ਪੈਸੇ ਨਿਕਲੇ, ਉਹਨੇ ਆਖਿਆ ਵੀ ਕਿਸਮਤ 'ਚ ਉਸਦੇ ਲੱਭ ਜਾਣਦੇ, ਅਤੇ ਉਹ ਛੱਡ ਇਸ ਮਾਰਿਆ ਗਏ, ਪਤਾ ਨਹੀਂ ਰਾਹ 'ਚ ਅਸੀਂ ਮਰ ਜਾਣਾ ਕਿਤੇ ਸਹੀ, ਕਈ ਨੱਪ ਕੇ ਦੌਲਤਾਂ ਤੁਰ ਗਈਆਂ। ਮੁਹੰਮਦੀਨ ਐਸਾ ਉਹਦਾ ਮੁਹੰਮਦੀਨ ਨਹੀਂ ਸੀ, ਇਹਨਾਂ ਨੂੰ ਕਈ ਲੱਭੇ ਨੇ ਪੈਸੇ, ਉਹ ਆਪਣਾ ਤੇਲ ਦਾ ਲੱਗੇ ਹਨ ਕੱਢਣ ਖੋਲੂ। ਅੱਛਾ, ਯਾਨੀ ਕਿ ਉਦੋਂ ਜ਼ੇਨ ਇਹ ਸੀਗਾ ਕਿ ਹੋ ਸਕਦਾ ਅਸੀਂ ਵਾਪਸ ਵੀ ਆ ਜਾਈਏ, ਅਤੇ ਜੇ ਵਾਪਸ ਆ ਗਏ ਤਾਂ ਫਿਰ ਆਪ ਆ ਕੇ ਕੱਢ ਲਾਂਗੇ, ਕੱਢ ਲਾਂਗੇ, ਅਤੇ ਪਰ ਉਹ ਮੌਕਾ ਨਹੀਂ ਆਇਆ, ਉਹ ਮੌਕਾ ਨਹੀਂ ਉਹਨਾਂ ਨੂੰ ਮਿਲਿਆ। ਅੱਛਾ, ਤੁਹਾਨੂੰ ਆਪਣਾ ਜਿਹੜਾ ਪਿੰਡ ਆ ਉੱਧਰ ਬਾਅਦ 'ਚੋਂ ਕਦੀ ਗਏ ਫਿਰ ਉੱਧਰ? ਨਹੀਂ, ਇੱਕ ਵਾਰੀ ਗਿਆ, ਦੋ ਵਾਰੀ ਬਸ ਫਿਰ ਨਹੀਂ ਗਿਆ। ਅੱਛਾ, ਅਤੇ ਉੱਦਾਂ ਹਜੇ ਹੁੰਦੇ ਆ, ਉੱਦਾਂ ਹੈ ਹਜੇ ਉੱਥੇ ਕੋਈ ਆਪਣੀਆਂ ਰਿਸ਼ਤੇਦਾਰੀਆਂ? ਰਿਸ਼ਤੇਦਾਰੀਆਂ ਆ ਗਈਆਂ, ਉਹ ਵੀ ਲਾਹੌਰ ਆ ਗਏ ਨੇ ਸਾਰੇ। ਅੱਛਾ, ਅੱਛਾ, ਬਹੁਤ ਉੱਥੋਂ ਛੱਡ ਛੁੱਟ ਕੇ ਲਾਹੌਰ ਆ ਗਏ। ਹਾਂ, ਅਤੇ ਅੱਛਾ, ਜਿਹੜਾ ਉਹ ਪੀਰ ਮੁਰਾਦੀਏ ਵਾਲਾ ਵਾ, ਉਹਨਾਂ ਦਾ ਦਰਬਾਰ, ਉਹ ਤੁਹਾਡੇ ਲਾਗੇ ਹੀ ਆ? ਉਹ ਨਵੇਂ ਪਿੰਡ 'ਚੋਂ ਨਾ ਪਹਾੜ ਵਾਲੇ ਪਾਸੇ ਆ, ਜਾਈਏ ਨਾ ਸਿਆਲਕੋਟ ਦੇ ਵਿੱਚ, ਉੱਥੇ ਦੋ ਵਾਰ ਚੜ੍ਹ ਕੇ ਕਿਲ੍ਹੇ ਦੇ ਵਿੱਚ, ਕਿਲ੍ਹਾ ਹੈ ਉੱਥੇ ਬੜਾ ਵੱਡਾ। ਅੱਛਾ, ਸਿਆਲਕੋਟ ਦਾ ਕਿਲ੍ਹਾ ਬਹੁਤ ਹੈ, ਉਸਦੇ ਵਿੱਚ ਚੜ੍ਹ ਕੇ ਜਾਣਾ ਚਾਹੀਦਾ, ਫਿਰ ਅੱਗੇ ਕਿਲ੍ਹੇ ਦੇ ਚੜ੍ਹ ਕੇ ਜਾਈ ਜਾਈਦਾ, ਫਿਰ ਅਗਲੇ ਪਾਸੇ ਭੀਮਰਾਜੀ ਦੀ ਖਾਣਗਾ ਉੱਤੇ। ਅੱਛਾ, ਪਹਾੜ ਦੇ ਉੱਤੇ ਆ ਉਹ, ਕਿਲ੍ਹੇ ਦੇ ਉੱਤੇ ਆ। ਅੱਛਾ, ਇਸ ਤਰ੍ਹਾਂ ਦੋ ਇੱਟਾਂ 'ਤੇ ਖਲੋਤੀ ਹੈ ਉਹਦਾ ਜਿਹੜਾ ਪਾਸਾ ਜਿਹੜਾ ਹੈ ਨਾ ਮਜ਼ਾਰ, ਸਵੇਲਾ ਰੱਬ ਨੇ ਉੱਥੇ ਖਲਾਰੇ, ਉਸ ਤਰ੍ਹਾਂ ਖਲੋਤਾ। ਅੱਛਾ, ਦੋ ਇੱਟਾਂ 'ਤੇ ਖਲੋਤਾ ਮਜ਼ਾਰ? ਦੋ ਇੱਟਾਂ 'ਤੇ ਉਹ ਜਨਬਾਰ ਨੇ ਜਿਹੜੇ ਦੀਵੇ ਬਾਲੀ ਦੇ ਤਾਂ ਉੱਥੇ। ਅੱਛਾ, ਉਹ ਢੇਰੀ ਤੋਂ ਉਹਦੀ ਇੱਧਰ ਹੀ ਉਹ ਰਾਹੀਂ। ਅੱਛਾ, ਉਹ ਨਾਲ ਅਤੇ ਉੱਥੇ ਲੋਕ ਦੀਵੇ ਵੀ ਬਾਲਦੇ ਨੇ, ਜਾਂਦੇ ਨੇ, ਸਲਾਮਾਂ ਕਰਦੇ। ਅੱਛਾ, ਅਤੇ ਇਹਨਾਂ ਨੂੰ ਕੀ ਸ਼ਹੀਦ ਕੀਤਾ ਸੀ? ਸ਼ਹੀਦ ਕੀਤਾ ਸੀ, ਪਹਿਲਾਂ ਉਹਨੇ ਆਖਿਆ ਸੀ ਮੇਰੇ ਹੱਥ ਦਾ ਉਂਗਲੀ ਦਾ ਚੀਜ਼ੀ ਦਾ ਖੂਨ ਲੈ ਲਓ। ਉਹ ਕਿਉਂ ਗਿਆ ਸੀ ਲੈ ਲਓ?
ਉਹਨੇ ਆਖਿਆ ਸੀ ਕਿਹੜਾ ਤੁਸੀਂ ਜਵਾਬ ਦਿਓ ਖੂਨ ਇਹਦਾ ਮੁਸਲਮਾਨ ਦਾ ਖੂਨ ਹੋਵੇਗਾ ਕਿ ਬਗੈਰ ਤਾਂ ਇਹ ਕਿਲ੍ਹਾ ਖਲੋਣਾ। ਅੱਛਾ ਉਹ ਕਿਲ੍ਹਾ ਕਿਹਦਾ ਸੀਗਾ? ਰਾਜੇ ਰਸਾਲੂ ਦਾ। ਅੱਛਾ ਉਹ ਹਿੰਦੂ ਸੀ ਜਾਣਗੇ? ਹਿੰਦੂ ਲੋਕ। ਅੱਛਾ ਬਹੁਤ ਮਜ਼ਬ ਲੋਕ ਸਨ। ਹਾਂ ਅੱਛਾ ਉਹਨਾਂ ਦਾ ਕੀਦਾ ਸੀ ਕਿ ਕਿਸੇ ਉਹਨਾਂ ਨੇ ਨਿਜੂਮੀ ਨੇ ਦੱਸਿਆ ਸੀ ਨਾ ਬਈ ਇਹ ਇਸੇ ਮੁਸਲਮਾਨ ਦਾ ਸਿਰ ਹੋਏਗਾ ਕੱਟਿਆ। ਉਹਨੇ ਆਖਿਆ ਮੁਸਲਮਾਨ ਕੋਲ ਲੱਭਦਾ ਨਹੀਂ ਇਸੇ ਉਹ ਬੰਦਾ ਲੱਭਦਾ। ਅੱਛਾ ਅਤੇ ਉਹ ਮੁਸਲਮਾਨ ਨੂੰ ਲੱਭਦੇ ਹਨ ਅਤੇ ਫਿਰ ਉਹਨਾਂ ਆਖਿਆ ਸੀ ਹੈ ਤਾਂ ਸਹੀ ਇਸੇ ਰੱਬ ਇਬਾਦਤ ਕਰਦਾ ਉਹ ਇਸੇ ਅਤੇ ਉਹ ਐ ਕਿਤੇ ਦੁਆਰੇ ਨੇ ਉੱਥੇ ਰਾਵੀ ਜਲਦੀ ਨਹਿਰ ਵੱਡੀ ਸਾਰੀ ਉੱਥੇ ਕਿਤੇ ਬੈਠਾ ਸੀ ਅੱਲਾ ਦੀ ਬਾਤ ਕਰਦਾ ਸੀ ਅਤੇ ਉਹਨੇ ਬਾਤ ਕਰਦਾ ਸੀ ਉਹਨਾਂ ਨੇ ਨਿਜੂਮੀਆਂ ਨੇ ਲਾ ਕੇ ਹਿਸਾਬ ਲੱਭ ਲਿਆ ਇਹਨਾਂ ਨੂੰ ਉਹ ਲੱਭ ਲਿਆ ਅਤੇ ਉਹਨੇ ਫਿਰ ਲੱਭ ਕੇ ਲਿਆਂਦਾ ਉਹਦੇ ਇੱਕੋ ਹੀ ਪੁੱਤਰ ਸੀ ਮਾਂ ਦਾ ਉਹ ਜਿਹੜਾ ਰੱਬ ਦਾ ਵਲੀ ਸੀ ਇੱਕੋ ਹੀ ਸੀ ਉਹਨੇ ਆਖਿਆ ਮੇਰੇ ਹੱਥ ਦੀ ਉਮਦੀ ਚੀਜ਼ ਹੀ ਲੈ ਲਓ ਅਤੇ ਚੀਰਾ ਲਾ ਦੇਣਾ ਖੂਨ ਜਿਹੜਾ ਉਹ ਜਿਸੇ ਕਿਲ੍ਹੇ ਦੇ ਲਾ ਦਿਆਂ ਦੁਆਰ ਹਮੇਸ਼ਾ ਕਿਆਮਤ ਤੱਕ ਨਾ ਡਿੱਗੇ ਉਹਦੀ ਦੁਆਰ ਨਹੀਂ ਸੀ ਕਿਲ੍ਹੇ ਦੀ ਖਲੋਂਦੀ ਅੱਛਾ ਜੀ ਡਿੱਗ ਪੈਂਦੀ ਸੀ ਉਹ ਫਿਰ ਕਿਲ੍ਹਾ ਉਹ ਸਿਨਾ ਮੰਨਿਆ ਉਹਨੇ ਆਖਿਆ ਜੇ ਅੱਜ ਨਜੂਮਾ ਆਖਿਆ ਨਿਕਲ ਗਿਆ ਨਾ ਫਿਰ ਇਹਨੇ ਹੱਥ ਨਹੀਂ ਆਉਣਾ ਅਤੇ ਉਹਨੇ ਆਖਿਆ ਇਹਦਾ ਸਿਰ ਕਲਮ ਕਰ ਲਵੋ ਅੱਛਾ ਉਹਦਾ ਫਿਰ ਉਹਦਾ ਰਾਜੇ ਸਾਹਿਬ ਨੇ ਉਹਦਾ ਸਿਰ ਕਲਮ ਕਰ ਲਿਆ ਉਹ ਦੁਆਰ ਦੇ ਵਿੱਚ ਉਹ ਖਲੋਤੀ ਦੁਆਰ ਉੱਥੇ ਕਿਲ੍ਹਾ ਨਹੀਂ ਫਿਰ ਡਿੱਗਿਆ ਉਹਦੀਆਂ ਦੁਆਰਾਂ ਨਹੀਂ ਡਿੱਗੀਆਂ ਅਤੇ ਉਹਦੀ ਮਾਈ ਜਿਹੜੀ ਫਿਰ ਬੜੀ ਰੋਂਦੀ ਕਰਾਉਂਦੀ ਰਹੀ ਅੱਛਾ ਹਾਂ ਰੱਬ ਹੋਰ ਕੋਈ ਤੁਸੀਂ ਹੋਰ ਕੋਈ ਨਹੀਂ ਅੱਲਾ ਦੀ ਰਹਿਮਤ ਹੋ ਗਈ ਦੁਆ ਹੋਈ ਫਕੀਰ ਦਰਵੇਸ਼ ਸੀ ਪਹਿਲਾਂ ਮੁਸਲਮਾਨ ਦੀ ਇੰਨੀ ਤਾਕਤ ਸੀ ਰੱਬ ਦਾ ਹੁਣ ਸੀ ਵਲੀ ਸੀ ਅੱਲਾ ਤਾਲਾ ਦੇ ਵਲੀ ਸਨ ਅੱਲਾ ਦੇ ਵਲੀ ਸਨ ਲੋਕੀ ਇਬਾਦਤ ਅੱਲਾ ਦੀ ਕਰਦੇ ਰਹਿੰਦੇ ਹੁੰਦੇ ਸਨ ਉਹ ਵੀ ਹੈ ਸਨ ਨਾ ਰੱਬ ਦੇ ਬੰਦੇ ਜਿਹੜੇ ਰੱਬ ਦੀ ਉਹ ਜ਼ਮਾਨਿਆਂ ਵਿੱਚ ਵੀ ਬਾਬਾ ਇਹਨਾਂ ਗੱਲਾਂ ਕਰਕੇ ਤਾਂ ਸਾਨੂੰ ਬਹੁਤ ਚੰਗਾ ਲੱਗਿਆ ਵਾ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕੋਈ ਤੁਸੀਂ ਪੈਗਾਮ ਦੇਣਾ ਹੋਵੇ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਸਿੱਖ ਇੱਧਰੋਂ ਚਲੇ ਗਏ ਨੇ ਉਹਨਾਂ ਨੂੰ ਕੋਈ ਪੈਗਾਮ ਦੇਵੋ ਕੋਈ ਸਲਾਮ ਦੁਆ ਕਰੋ ਨਹੀਂ ਮੇਰੇ ਨਾਲ ਚੱਲ ਰਿਹਾ ਕੋਈ ਉਹਦਾ ਕੋਈ ਹਾਲ ਚਾਲ ਪੁੱਛ ਲਵੋ ਛੋਟੇ ਛੋਟੇ ਮਾਨੇ ਅੱਛਾ ਭੁੱਲ ਭੁੱਲ ਗਏ ਭੁੱਲ ਗਏ ਅੱਛਾ ਸਾਡੇ ਆਪਣੇ ਜੀਆਂ ਦੇ ਨਾਂ ਨੇ ਆਉਂਦੇ ਸਾਨੂੰ ਹੈਂ ਹੁਣ ਮੇਰੇ ਪੋਤਰਿਆਂ ਦੋਤਰਿਆਂ ਵਾਲਾ ਹੋ ਗਿਆ ਮੈਂ ਅੱਗੋਂ ਅੱਗੋਂ ਉਹਨਾਂ ਦੇ ਬੱਚੀਆਂ ਬੱਚਿਆਂ ਦੇ ਕਿੰਨੇ ਹੋ ਗਏ ਨੇ 84 ਸਾਲ ਉਮਰ ਹੋ ਗਈ ਹੈ ਮੇਰੀ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਅੱਲਾ ਬੇਲੀ ਪਾਕਿਸਤਾਨ ਜ਼ਿੰਦਾਬਾਦ।